ਸ੍ਰੀਕਾਲ ਨਮਸਕਾਰ ਸਾਥੀਓ ਸਾਥੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਭਾਸ਼ਾ ਦੀ ਇੱਕ ਸੀਰੀ ਚਲਾ ਰੱਖੀ ਹੈ ਭਾਸ਼ਾ ਬਾਰੇ ਪੜ੍ਹ ਰਹੇ ਹਾਂ ਭਾਸ਼ਾ ਦੇ ਵਿੱਚ ਆਪਾਂ ਮਿੱਤਰੋ ਭਾਸ਼ਾ ਦੀ ਪਰਿਭਾਸ਼ਾ ਉਸ ਦੇ ਕੁਝ ਅਰਥ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਉਸ ਤੋਂ ਬਾਅਦ ਆਪਾਂ ਉਹਦੀ ਪ੍ਰਕਿਰਤੀ ਗੁਣ ਉਸ ਦੇ ਆਧਾਰ ਤੇ ਕੁਝ ਉਤਪੱਤੀ ਦੇ ਸਿਧਾਂਤ ਆਪਾਂ ਪੜ੍ਹ ਚੁੱਕੇ ਇਸ ਤੋਂ ਪਹਿਲਾਂ ਸਾਥੀਓ ਅੱਜ ਜੋ ਆਪਣਾ ਟੌਪਿਕ ਹੈ ਉਹ ਹੈ ਪੰਜਾਬੀ ਦੀਆਂ ਉਪ ਭਾਸ਼ਾਵਾਂ ਪੰਜਾਬੀ ਦੀਆਂ ਉਪ ਭਾਸ਼ਾਵਾਂ ਹਰ ਇੱਕ ਸੁਤੰਤਰ ਭਾਸ਼ਾ ਦੀ ਆਪਦੀਆਂ ਉਪ ਭਾਸ਼ਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਪਾਂ ਬੋਲੀਆਂ ਵੀ ਕਹਿ ਸਕਦੇ ਹਾਂ ਕੀ ਕਹਿ ਸਕਦੇ ਹਾਂ ਬੋਲੀਆਂ ਭਾਸ਼ਾ ਤੇ ਬੋਲੀ ਇਹ ਦੋ ਚੀਜ਼ਾਂ ਹਨ ਸਾਥੀਓ ਇਹ ਟੌਪਿਕ ਬੜੇ ਹੀ ਧਿਆਨ ਨਾਲ ਕਰਨਾ ਹੈ ਤੇ ਪ੍ਰੇਮ ਨਾਲ ਇਸ ਨੂੰ ਸਮਝਣਾ ਹੈ ਇਹ ਟੌਪਿਕ ਕਕਸ਼ਾ 9 10 11 ਤੇ 12 ਇਹਦੇ ਵਿੱਚ ਇੱਕ ਸੁਤੰਤਰ ਸਿਲੇਬਸ ਦੇ ਵਿੱਚ ਲੱਗਿਆ ਹੋਇਆ ਹੈਗਾ ਟੌਪਿਕ ਦੇ ਵਿੱਚੋਂ ਵੀ ਜਿਹਦੇ ਵਿੱਚ ਪ੍ਰਸ਼ਨ ਪੁੱਛੇ ਜਾਂਦੇ ਹਨ ਜਿਵੇਂ ਐਗਜ਼ਾਮਾਂ ਦੇ ਵਿੱਚ ਤੇ ਕੰਪੀਟੀਸ਼ਨ ਜੋ ਐਗਜ਼ਾਮ ਹੁੰਦੇ ਹੈ ਜਿਵੇਂ ਰੀਟ ਹੋਇਆ ਐਚਟੈਟ ਹੋਇਆ ਸੀਟੈਟ ਹੋਇਆ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਵਿੱਚੋਂ 1 ਜਾਂ 2 ਪ੍ਰਸ਼ਨ ਆ ਜਾਂਦੇ ਹਨ ਬੜਾ ਹੀ ਸਰਲ ਜਿਹਾ ਇਜੀ ਜਿਹਾ ਟੌਪਿਕ ਹੈਗਾ ਤੇ ਪਿਆਰ ਨਾਲ ਸਮਝਣਾ ਇਸਨੂੰ ਪਹਿਲਾਂ ਆਪਾਂ ਇਹ ਸਮਝਣਾ ਹੈ ਕਿ ਬੋਲੀ ਜਾਂ ਕਹਿ ਲਓ ਉਪ ਭਾਸ਼ਾ ਇਹ ਕਿਸ ਨੂੰ ਕਿਹਾ ਜਾਂਦਾ ਹੈਗਾ ਬੋਲੀ ਜਾਂ ਉਪ ਭਾਸ਼ਾ ਜਾਂ ਭਾਸ਼ਾ ਆਪਾਂ ਪਿੱਛੇ ਪੜਿਆ ਕਿ ਭਾਸ਼ਾ ਦੀ ਆਪਾਂ ਪਰਿਭਾਸ਼ਾ ਇਹ ਪੜ੍ਹੀ ਸੀਗੀ ਕਿ ਭਾਸ਼ਾ ਕਿਸ ਨੂੰ ਕਿਹਾ ਜਾਂਦਾ ਹੈਗਾ ਉਹ ਸਾਧਨ ਜਿਹਦੇ ਰਾਹੀਂ ਇੱਕ ਮਨੁੱਖ ਆਪਦੇ ਮਨ ਦੇ ਭਾਵ ਜਜ਼ਬਾਤ ਮਨੋਰਥ ਆਸ਼ੇ ਦੂਜੇ ਮਨੁੱਖ ਤੱਕ ਪਹੁੰਚਾਉਂਦਾ ਹੈ ਉਸ ਨੂੰ ਭਾਸ਼ਾ ਕਿਹਾ ਜਾਂਦਾ ਹੈ ਆਹ ਆਪਾਂ ਇਸ ਤੋਂ ਪਹਿਲਾਂ ਪੜ੍ਹਿਆ ਹੈਗਾ ਮਿੱਤਰੋ ਉਹੀ ਪਰਿਭਾਸ਼ਾ ਬੋਲੀ ਦੀ ਵੀ ਹੁੰਦੀ ਹੈ ਵੀ ਬੋਲੀ ਵੀ ਉਹੀ ਚੀਜ਼ ਹੈ ਵੀ ਉਹ ਮਾਧਿਅਮ ਜਾਂ ਉਹ ਸਾਧਨ ਹੈ ਜਿਹਦੇ ਨਾਲ ਇੱਕ ਮਨੁੱਖ ਆਪਦੇ ਭਾਵ ਆਪਦੇ ਜਜ਼ਬਾਤ ਦੂਜੇ ਮਨੁੱਖ ਤੱਕ ਪਹੁੰਚਾਉਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈਗਾ ਬੋਲੀ ਕਿਹਾ ਜਾਂਦਾ ਹੈਗਾ ਹੁਣ ਗੱਲ ਫਿਰ ਇਹ ਆਉਂਦੀ ਹੈਗੀ ਕਿ ਬੋਲੀ ਤੇ ਫਿਰ ਭਾਸ਼ਾ ਇਹਨਾਂ ਦੋਨਾਂ ਦੇ ਵਿੱਚ ਅੰਤਰ ਕੀ ਹੈਗਾ ਆਪਾਂ ਦੋਨਾਂ ਦੇ 5-7 ਗੱਲਾਂ ਦੇਖਦੇ ਹਾਂ ਕਿ ਇਹਨਾਂ ਦੋਨਾਂ ਦੇ ਵਿੱਚ ਅੰਤਰ ਕੀ ਹੈ ਇੱਕ ਪਾਸੇ ਆਪਾਂ ਰੱਖਦੇ ਹਾਂ ਜੀ ਬੋਲੀ ਤੇ ਦੂਜੇ ਪਾਸੇ ਆਪਣੇ ਕੋਲ ਹੁੰਦੀ ਹੈ ਭਾਸ਼ਾ ਇੱਕ ਪਾਸੇ ਆਪਣੇ ਕੋਲ ਬੋਲੀ ਤੇ ਦੂਜੇ ਪਾਸੇ ਭਾਸ਼ਾ ਬੋਲੀ ਦਾ ਜੇਕਰ ਖੇਤਰ ਦੇਖਿਆ ਜਾਵੇ ਖੇਤਰ ਕਹਿਣ ਦਾ ਭਾਵ ਜਿਹਨੂੰ ਆਪਾਂ ਕਹਿੰਦੇ ਹਾਂ ਖੇਤਰ ਜੇ ਖੇਤਰ ਦੇਖਿਆ ਜਾਵੇ ਇਸਦਾ ਜੋ ਖੇਤਰ ਹੁੰਦਾ ਹੈਗਾ ਉਹ ਸੀਮਿਤ ਹੁੰਦਾ ਹੈਗਾ ਲੇਕਿਨ ਜਿਹੜਾ ਭਾਸ਼ਾ ਦਾ ਜਿਹੜਾ ਖੇਤਰ ਹੁੰਦਾ ਹੈਗਾ ਉਹ ਵਿਸ਼ਾਲ ਹੁੰਦਾ ਹੈਗਾ ਵਿਸ਼ਾਲ ਕਹਿਣ ਦਾ ਭਾਵ ਉਹਦਾ ਦਾਇਰਾ ਜੋ ਹੁੰਦਾ ਵੱਡਾ ਹੁੰਦਾ ਹੈਗਾ ਜਿਵੇਂ ਇੱਕ ਪੰਜਾਬੀ ਇੱਕ ਭਾਸ਼ਾ ਹੈ ਪੂਰੇ ਪੰਜਾਬ ਦੇ ਵਿੱਚ ਬੋਲੀ ਜਾਂਦੀ ਹੈ ਲੇਕਿਨ ਜਿਹੜੀ ਬੋਲੀਆਂ ਹਨ ਉਹਦੀਆਂ ਉਹ ਵੱਖਰੀਆਂ ਵੱਖਰੀਆਂ ਮਾਝੀ ਹੈ ਮਲਵਈ ਹੈ ਦੁਆਬੀ ਹੈ ਪੁਆਧੀ ਹੈ ਉਸਦੀਆਂ ਉਹਨਾਂ ਦਾ ਜਿਹੜਾ ਖੇਤਰ ਹੈ ਉਹ ਛੋਟਾ ਹੈਗਾ ਇਹਦੇ ਵਿੱਚ ਸਾਹਿਤ ਦਾ ਅਭਾਵ ਹੁੰਦਾ ਹੈਗਾ ਅਭਾਵ ਕਹਿਣ ਦਾ ਭਾਵ ਕਮੀ ਲੇਕਿਨ ਇਹਦੇ ਵਿੱਚ ਜਿਹੜਾ ਸਾਹਿਤ ਹੁੰਦਾ ਹੈਗਾ ਉਹ ਵਿਸ਼ਾਲ ਮਾਤਰਾ ਚ ਆਪਾਂ ਨੂੰ ਮਿਲਦਾ ਹੈਗਾ ਭਾਸ਼ਾ ਦੇ ਵਿੱਚ ਦੂਜੀ ਗੱਲ ਕੀਤੀ ਜਾਵੇ ਇਹਦਾ ਕੋਈ ਮਾਣਕ ਰੂਪ ਨਹੀਂ ਹੁੰਦਾ ਗਾ ਵੀ ਬੋਲੀ ਦਾ ਕੋਈ ਵੀ ਮਾਣਕ ਰੂਪ ਨਹੀਂ ਹੁੰਦਾ ਗਾ ਜਦੋਂ ਕਿ ਆਪਾਂ ਦੇਖਦੇ ਹਾਂ ਭਾਸ਼ਾ ਦਾ ਇੱਕ ਮਾਣਕ ਰੂਪ ਹੈ ਮਾਣਕ ਰੂਪ ਹੁੰਦਾ ਹੈਗਾ ਬੋਲੀ ਦੇ ਲਈ ਲਿਪੀ ਜ਼ਰੂਰੀ ਨਹੀਂ ਹੈ ਲਿਪੀ ਜ਼ਰੂਰੀ ਨਹੀਂ ਹੈ ਤੇ ਜਦੋਂ ਕਿ ਭਾਸ਼ਾ ਦੇ ਲਈ ਲਿਪੀ ਜ਼ਰੂਰੀ ਹੈ ਲਿਪੀ ਜ਼ਰੂਰੀ ਹੈ ਕਿਹਦੇ ਖਾਤਰ ਭਾਸ਼ਾ ਦੇ ਲਈ ਉਸ ਤੋਂ ਅਗਲੀ ਗੱਲ ਦੇਖੀਏ ਬੋਲੀ ਦਾ ਕੋਈ ਵੀ ਵਿਆਕਰਨ ਨਹੀਂ ਹੁੰਦਾ ਵੀ ਕੋਈ ਵੀ ਐਂ ਨਹੀਂ ਕਹਿ ਸਕਦੀ ਆਪਾਂ ਕਿ ਇਹਦਾ ਕੋਈ ਵਿਆਕਰਨ ਨਿਸ਼ਚਿਤ ਹੈ ਜਾਂ ਮਨੁੱਖ ਵੀ ਵਿਆਕਰਨ ਹੈ ਲੇਕਿਨ ਜੇਕਰ ਗੱਲ ਕਰੀਏ ਭਾਸ਼ਾ ਦੀ ਭਾਸ਼ਾ ਦਾ ਵਿਆਕਰਨ ਹੈ ਸੁਨਿਸ਼ਚਿਤ ਹੈਗਾ ਵੀ ਭਾਸ਼ਾ ਦੇ ਲਈ ਵਿਆਕਰਨ ਬਣਿਆ ਹੋਇਆ ਸ਼ੁੱਧ ਅਸ਼ੁੱਧ ਸਮਝਣ ਖਾਤਰ ਵਿਆਕਰਨ ਹੁੰਦਾ ਹੈਗਾ ਉਸਦਾ
इस तरीके होर भी बहुत सारिया गल्ला होंदिया जो कि बोली और भाषा न आपस वंडदिया। जिवें बोली आप कह सकते हैं कि बोली भी आम बोलचाल की भाषा हो जाती हैगी है। भाषा जिहड़ी हैगी है वह एक साहित्य रचना करन दे बारे उहदे बारे हो जाती है। जिहड़ी भाषा हैगी है उहदे विच पाठ्यक्रम सिलेबस दी जो किताबां है वह भी छपदियां है, बोली दे विच उह नहीं छपदियां। हाँ यह हो सकता है कि बोली दे कुछ चीजा भाषा दे विच ला दित्तियां जाण, जिवें बहुत सारी रचनाकारां दीआं रचनावां शामिल कीतियां जाणियां हैगियां। भाषा दे विच कई बोलियां समा सकदियां हन लेकिन बोली दे विच भाषा नहीं समा सकदी, एक एक चीज ध्यान देण वाली हैगी है। उस तों बाद अगे गल करदे आपां बोलियां दी वी पंजाबी दीआं बोलियां। बोली नूं वी दोस्तो दो भागां दे विच पहला वंडिया जांदा हैगा, जिवें कि भाषा नूं आपां स्टार्टिंग च वंडिया सीगा। इहदा पहला जिहड़ा रूप हुंदा हैगा उहनूं कहा जांदा हैगा बोल चाल दी बोली, भी आम बातचीत करन वाली जिहड़ी बोली हुंदी है। दूसरा इहदा जिहड़ा रूप हुंदा हैगा उह हुंदा है साहित्यक बोली, भी किते ना किते इहदे च साहित्य दी रचना भी हुंदी हैगी। अगली जो गल आउंदी है जरूरी ਉਹ ਹੁੰਦੀ ਹੈ ਕਿ ਬੋਲੀਆਂ ਉਹਨਾਂ ਨੂੰ ਵੀ ਦੋ ਭਾਗਾਂ ਚ ਵੰਡਿਆ ਗਿਆ ਪੰਜਾਬੀ ਦੇ ਵਿੱਚ। ਇਹਦੇ ਵਿੱਚ ਦੋਸਤੋ ਪਹਿਲਾਂ ਤਾਂ ਉਹ ਬੋਲੀਆਂ ਆਉਂਦੀਆਂ ਹਨ ਜਿਹੜੀਆਂ ਜਿਹਨਾਂ ਨੂੰ ਕਿਹਾ ਜਾਂਦਾ ਹੈ ਪੱਛਮੀ ਪੰਜਾਬ ਦੀਆਂ ਬੋਲੀਆਂ। ਕਿੱਥੋਂ ਦੀਆਂ ਬੋਲੀਆਂ? ਪੱਛਮੀ ਪੰਜਾਬ ਦੀਆਂ ਬੋਲੀਆਂ, ਮਤਲਬ ਪੱਛਮੀ ਪਾਸਾ ਜਿਹੜਾ पूर्वी पंजाब, केड़े पंजाब? पूर्वी पंजाब दियां बोलियां। भी बोलियां भी दो भागां विच वंडियां गईयां, पछमी पंजाब ते पूर्वी पंजाब। जिवें आपां इतिहास पढ़दे हां कि वंड तों पहलां पंजाब सारा एक सीगा, कहिंदे कि पेशावर तों लैके दिल्ली तक सारा पंजाब सीगा, लेकिन बंटवारे दे समें इहदे दो भाग हो गए। एक नूं पुराना पंजाब कह दिता जांदा, एक नूं अपने वाला वर्तमान पंजाब इहनूं कह दिता जांदा हैगा। इधरला जिहड़ा हिस्सा हैगा इह पूर्वी पंजाब है, उधरला हिस्सा जिहड़ा हैगा उह पछमी पंजाब है। इहदीआं जिहड़ियां पहलां जिहड़ियां बोलियां सी उह सारीआं इकट्ठियां सीगीआं, बंटवारा होण ते बाद उहनां नूं अड अड करके अधन कर दिता जांदा हैगा। पछमी पंजाब च जेकर देखी जावे तां इह च आउंदी है पटवारी, लहिंदी, मुल्तानी, ਚਾਂਗੀ। ਇਹ ਜਿਹੜੀਆਂ ਹੈਗੀਆਂ ਇਹ ਪੰਜਾਬੀ ਦੀਆਂ ਜਿਹੜੀਆਂ ਬੋਲੀਆਂ ਹੈ ਇਹ ਪਾਕਿਸਤਾਨ ਕੰਨੀ ਉਧਰ ਦੀਆਂ ਹੈਗੀਆਂ। ਆਪਣੇ ਜਿਹੜੇ ਹਿੱਸੇ ਚ ਰਹਿਗੀਆਂ ਉਹ ਹੈਗੀਆਂ ਮਾਝੀ, ਮਲਵਈ, ਦੁਆਬੀ, ਪੁਆਧੀ ਤੇ ਇੱਕ ਆਪਾਂ ਇਹ ਤੋਂ ਪਹਿਲਾਂ ਗੱਲ ਕੀਤੀ ਸੀਗੀ ਜਿਹਦਾ ਨਾਮ ਕੀ ਹੈ ਡੋਗਰੀ, ਲੇਕਿਨ ਇਹ ਹੁਣ ਪੰਜਾਬੀ ਦੀ ਬੋਲੀ ਨਹੀਂ ਰਹੇਗੀ। ਇਹਨੂੰ 92ਵੇਂ ਸੰਵਿਧਾਨ ਸੰਸ਼ੋਧਨ 2003 ਦੇ ਦੁਆਰਾ ਇੱਕ ਵੱਖਰੀ ਸੁਤੰਤਰ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ ਹੈ। ਆਪਣਾ ਹੁਣ ਜਿਹੜਾ ਇੱਥੇ ਬੋਲੀਆਂ ਪੜ੍ਹਨ ਦਾ ਜਿਹੜੀਆਂ ਬੋਲੀਆਂ ਆਪਾਂ ਇੱਥੇ ਪੜ੍ਹਨੀਆਂ ਹੈ, ਆਪਾਂ ਪੜ੍ਹਨੀ ਹੈ ਮਾਝੀ, ਮਲਵਈ, ਦੁਆਬੀ ਤੇ ਪੁਆਧੀ, ਇਹ ਚਾਰ, ਕਿਉਂਕਿ ਆਪਣੇ ਜਿਹੜੇ ਪੰਜਾਬ ਦੇ ਵਿੱਚ ਇਹ ਚਾਰ ਹੀ ਬੋਲੀਆਂ ਜਾਂਦੀਆਂ ਹੈਗੀਆਂ ਵਰਤਮਾਨ ਦੇ ਵਿੱਚ। ਆਹ ਸਾਰੀਆਂ ਪੁਰਾਣੇ ਪੰਜਾਬ, ਪੱਛਮੀ ਪੰਜਾਬ ਕੰਨੀ ਹੈ ਤੇ ਆਹ ਜਿਹੜੀਆਂ ਹੈਗੀਆਂ ਇਹ ਆਪਣੇ ਵੱਲ ਹਨ, ਲੇਕਿਨ ਇਹਨਾਂ ਚੋਂ ਡੋਗਰੀ ਨਹੀਂ ਰਹੀ। ਅੱਗੇ ਆਪਾਂ ਦੇਖਦੇ ਹਾਂ ਕਿ ਇਹਨਾਂ ਦੀ ਵੰਡ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ, ਵੀ ਇਹਨਾਂ ਦੀ ਵੰਡ ਕਿਵੇਂ ਹੁੰਦੀ ਹੈ। ਵੰਡ ਜਿਵੇਂ ਆਪਾਂ ਜੇਕਰ ਗੱਲ ਕਰੀਏ ਰਾਜਸਥਾਨ ਦੀਆਂ ਬੋਲੀਆਂ ਦੀ ਜਾਂ ਉਪਭਾਸ਼ਾਵਾਂ ਦੀ, ਉਹ ਚ ਆਪਾਂ ਇਹ ਚੀਜ਼ ਦੇਖਦੇ ਹਾਂ ਕਿ ਇੱਥੇ ਜਿਹੜੀ ਬੋਲੀਆਂ ਵੰਡੀਆਂ ਗਈਆਂ ਹੈਗੀਆਂ ਉਹ ਰਿਆਸਤਾਂ ਦੇ ਅਨੁਸਾਰ ਹੈ। ਜਿਵੇਂ ਕਿ ਮਾਰਵਾੜ ਚ ਮਾਰਵਾੜੀ ਹੈ, ਮੇਵਾੜ ਚ ਮੇਵਾੜੀ ਹੈ ਤੇ ਦਰਜਾਪੁਰ ਕਣੀ ਠੁੰਠਾੜੀ ਹੈ, ਇਸ ਤਰੀਕੇ ਨੇ ਇੱਥੇ ਵੰਡਿਆ, ਹੜੋਤੀ ਕੰਨੀ ਹੜੋਤੀ ਪਾਈ। ਲੇਕਿਨ ਪੰਜਾਬ ਦੇ ਵਿੱਚ ਜਿਹੜੀਆਂ ਵੰਡੀਆਂ ਗਈਆਂ ਬੋਲੀਆਂ ਉਹਨਾਂ ਨੂੰ ਭੂਗੋਲਿਕ ਦ੍ਰਿਸ਼ਟੀ ਦੇ ਅਨੁਸਾਰ ਵੰਡਿਆ ਗਿਆ ਹੈਗਾ ਤੇ ਉਹਨਾਂ ਨੂੰ ਵੰਡਣ ਦਾ ਜਿਹੜਾ ਆਧਾਰ ਹੈ ਉਹ ਰਹਿ ਹੈਗੀਆਂ ਨਦੀਆਂ, ਦਰਿਆ। ਜਿਵੇਂ ਆਪਾਂ ਦੇਖਦੇ ਹਾਂ ਕਿ ਆਹ ਪੰਜਾਬ ਨੂੰ ਇੱਕ ਮੰਨਦੇ ਹਾਂ ਕਿ ਪੰਜਾਬ ਹੈ, ਇਹਦੇ ਉੱਤੋਂ ਨਦੀਆਂ ਬਹਿੰਦੀਆਂ ਹਨ। ਜਿਵੇਂ ਇਸ ਨਦੀ ਨੂੰ ਆਪਾਂ ਮੰਨੀਏ
ये रावी नदी है। ऐसा नदी नु आप मनिए कि ये ब्यास नदी है, आहा सतलुज है, आहा गगर है। जेडिया ये नदियां हैं इन्हां दे विचाले विचाले अलग अलग भागां दे विच अलग अलग बोलियां है पंजाबी दियां, ते इन्हां नूं वंडन दा भी तरीका ही है भी जदों परीक्षा दे विच प्रश्न आउंदा तां प्रश्न इह आउंदा हैगा कि भी रावी ते सतलुज दे विचाले कीहड़ी बोली जांदी हैगी है, सतलुज ते गगर दे विचाले कीहड़ी पंजाबी दी बोली बोली जांदी हैगी है। आपां प्रश्न दे अनुसार चल रहे हां। आपां पहली करदे हां इत्थे जी, जिहड़ी पंजाबी दी जिहड़ी बोली है इहदा नाम है जी माझी। की नाम है? माझी। माझी जिहड़ी बोली है जिवें पहला तुहानूं दस्सिया गया कि इन्हां दा जिहड़ा वंड हैगी है उह आपां कहदे दाते हैं नदियां दे दाते। माझी जिहड़ी हैगी है इह रावी ते ब्यास, रावी ते ब्यास इन्हां दोनां नदियां दा जिहड़ा विचाला खेतर है इह सारा दा सारा माझी दा इलाका है। इस इलाके नूं माझा कहा जाता है। ते कुछ इतिहासिक किताबें कहनी है कि ज्यादातर इतों के लोग जड़े मझा का पालन करते इस खातर इस इलाके नूं माझा कहा गया है। हो सकता है कि यह गल सच हो, लेकिन यह जो वंड की गई हैगी है यह बंटवारे तो पहला के आधार पर है भी कहना पाओ पंजाब तो फिर इस तो थले रह जाता कुछ हिस्सा ही आता है, लेकिन यह जी वंड हैगी है जी पंजाबी की माझी की बोली की यह उस हिसाब ना कि ये पाकिस्तान का इलाका भी शामिल है। माझी का जिहड़ा बोलिया जाने वाला खेतर है वह हैगा अमृतसर, गुरदासपुर ते लाहौर। याद रखना है माझी बोली जाती है रावी अते ब्यास दे विचकार। इहदा जिहड़ा क्षेत्र हैगा अमृतसर, गुरदासपुर ते लाहौर। दूजी चीज याद रखनी है कि माझी जिहड़ी भाषा है इहदियां दो तीन विशेषताएं हन जिहड़ियां कि जरूरी है। एक तां इस बोली दे विच अड़ाले अक्षर दी सब तों वध वरतों हुंदी है, सब तों वध वरतों की जाती है। भी पूछ ही लवे भी वह कि बोली हैगी जिसे अड़ाड़े अक्षर की सब तो वध वरतों हैगी है तो वह हैगी माझी। दूजी चीज इस दे विच 10 स्वर ते 29 व्यंजन हैं, 10 स्वर ते 29 व्यंजन हैं। हुण प्रश्न आउंदा है कि जी भी व्यंजन तां 32 हुंदे हन, लेकिन जिहड़े शुद्ध व्यंजन हैं उन्हां दी संख्या 29 है ते माझी दे विच वी उन्हां 29 दी वरतों हुंदी हैगी है। इस भाषा नूं सॉरी इस बोली नूं या उपभाषा नूं पंजाबी दी साहित्यक बोली या कह सकदे हां टकसाली बोली होण दा मान हासिल है। कहण दा भाव कि इधर साहित्यक या टकसाली की चीज होंगी हैगी है, थोड़ी समझने वाली चीज हैगी है कि पंजाबी दियां हुण वर्तमान दे विच जिहड़ियां आम पढ़ियां जाण वालियां बोलियां हैं वो चार हैं माझी, मलवई, दुआबी ते पुआधी। इन्हां दे विच हुण साहित्य की रचना तो है तो है नहीं भी माझ कि माझी च कर लीए कि मलवई च कर लीए कि दुआबी च कर लीए। साहित्य की रचना कहने का भाव कि जिहड़ियां हुण आपां नूं यूनिवर्सिटी या कॉलेज दे विच किताबां इत्यादि या लगदियां जिहड़ियां स्कूलों दे विच पाठ्यक्रम लगता है। उन्हां चारा ही बोलियां दे विच्चों एक बोली नूं सिलैक्ट कर लिता गया है माझी नूं कि जिहड़ा स्कूलां इत्यादि जिहड़ा पाठ्यक्रम हैगा कॉलेजां दा जिहड़ा पाठ्यक्रम हैगा उन्हां दे जिहड़े लैसन होणगे उह कहिड़ी बोली दे विच होणगे माझी दे विच। कहिंदा पाव कि इह इक चिन्हित भाषा हैगी है। अपने इत्थे राजस्थान दे विच वी जिहड़ियां किताबां जिहड़ियां लगदियां नहीं उह माझी च होणियां हैगियां। इस तों पहलां अपने 9वीं तों लै के 12वीं तक जिहड़ा पाठ्यक्रम सीगा मोहाली बोर्ड तों सीगा
ਤੇ ਉਸ ਤੋਂ ਬਾਅਦ ਮੈਂ ਆਪਣੇ ਇੱਥੋਂ ਦੇ ਜਿਹੜੇ ਕੁਝ ਵਿਦਵਾਨ ਸਾਥੀ ਹੈਗਾ ਉਹਨਾਂ ਦਾ ਵੀ ਧੰਨਵਾਦ ਕਰਦਾ ਹੈ ਕਿ ਉਹਨਾਂ ਨੇ ਪ੍ਰਯਾਸ ਕੀਤਾ, ਸ਼੍ਰੀ ਹਰਮੀਤ ਸਿੰਘ ਜੀ ਗਿੱਲ, ਉਸ ਤੋਂ ਇਲਾਵਾ ਨਵਰਾਜ ਸਿੰਘ ਜੀ, ਗੁਰਦੀਪ ਸਿੰਘ ਜੀ ਖੋਸਾ, ਭਾਵਨਾ ਮੈਡਮ, ਉਹਨਾਂ ਸਾਰਿਆਂ ਨੇ ਪ੍ਰਯਾਸ ਕਰਕੇ ਆਪਣਾ ਇੱਥੇ ਕਿਤਾਬਾਂ ਛਪਾਈਆਂ ਕੀਤੀਆਂ ਗਈਆਂ, 9ਵੀਂ ਤੋਂ 12ਵੀਂ ਤੱਕ ਦੀਆਂ, BST ਚ ਤੱਕ ਦੀਆਂ, ਤੇ ਹੁਣ ਆਪਾਂ ਇੱਥੋਂ ਬੋਰਡ ਦੀਆਂ ਆਪਣੇ ਰਾਜਸਥਾਨ ਬੋਰਡ ਦੀਆਂ ਕਿਤਾਬਾਂ ਪੜ੍ਹਦੇ ਹੈਗੇ ਆ। ਧੰਨਵਾਦ ਦੇ ਪਾਤਰ ਹਨ ਕਿ ਉਹਨਾਂ ਦਾ ਪ੍ਰਯਾਸ ਰਿਹਾ ਹੈਗਾ। ਉਹ ਜਿਹੜੀ ਛਾਪੀਆਂ ਜਾਂ ਕਿਤਾਬਾਂ ਉਹ ਉਸੇ ਕਾਲ ਇਸ ਨੂੰ ਮਾਝੀ ਨੂੰ ਕੀ ਸਾਹਿਤਕ ਬੋਲੀ ਜਾਂ ਟਕਸਾਲੀ ਬੋਲੀ ਕਿਹਾ ਜਾਂਦਾ ਹੈਗਾ। ਦੋਸਤੋ, ਇਸੇ ਨੂੰ ਹੀ ਕੇਂਦਰੀ ਬੋਲੀ, ਕੇਂਦਰੀ ਬੋਲੀ ਕਹਿਣ ਦਾ ਭਾਵ ਕਿ ਹੁਣ ਮੈਂ ਤੁਹਾਨੂੰ ਸਮਝਾ ਸਕਦਾ ਥੋੜੀ ਚੀਜ਼ ਕਰਕੇ ਵੀ ਪਹਿਲਾਂ ਕੀ ਸੀ। ਮੈਂ ਤੁਹਾਨੂੰ ਸਟਾਰਟਿੰਗ ਦੀ ਗੱਲ ਦੱਸੀ ਕਿ ਜਿਹੜਾ ਪੰਜਾਬ ਸੀਗਾ ਉਹ ਕਾਫੀ ਲੰਬਾ ਚੌੜਾ ਸੀਗਾ ਤੇ ਲਾਹੌਰ ਤੇ ਅੰਮ੍ਰਿਤਸਰ ਦਾ ਜਿਹੜਾ ਇਲਾਕਾ ਸੀਗਾ ਉਹਦਾ ਵਿਚਕਾਰ ਲਾ ਇੱਕ ਸੈਂਟਰ ਪੁਆਇੰਟ ਸੀਗਾ, ਕੇਂਦਰ ਸੀਗਾ। ਜਿੰਨੀਆਂ ਵੀ ਕ੍ਰਾਂਤੀਕਾਰੀ ਗਤੀਵਿਧੀਆਂ ਦੇਖੀਆਂ ਹੋਣੀਆਂ ਆਪਾਂ ਲਾਹੌਰ 'ਚ ਦੇਖੀਆਂ ਹੋਣੀਆਂ, ਗਵਰਨਮੈਂਟ ਕਾਲਜ ਲਾਹੌਰ, ਬਹੁਤ ਸਾਰੀਆਂ ਚੀਜ਼ਾਂ ਲਾਹੌਰ ਨਾਲ ਜੁੜੀਆਂ ਰਹੀਆਂ ਕਿਸੇ ਨਾ ਕਿਸੇ ਤਰੀਕੇ ਨਾਲ। ਇਹ ਕੇਂਦਰ 'ਚ ਹੋਣ ਦੇ ਕਾਰਨ ਇੱਥੋਂ ਦੀ ਜਿਹੜੀ ਭਾਸ਼ਾ ਉਹ ਭਾਸ਼ਾ ਹੈਗੀ, ਜਿਹੜੀ ਬੋਲੀ, ਜਿਹੜੀ ਮਾਝੀ, ਉਸ ਨੂੰ ਕੀ ਕਿਹਾ ਜਾਂਦਾ, ਕੇਂਦਰੀ ਬੋਲੀ ਕਿਹਾ ਜਾਂਦਾ ਹੈਗਾ। ਇਹ ਤਾਂ ਮਿੱਤਰੋ ਜਿਹੜੀਆਂ ਗੱਲਾਂ ਹੈਗੀਆਂ ਇਹ ਮਾਝੀ ਨਾਲ ਸੰਬੰਧਿਤ ਹੈਗੀਆਂ। ਬਸ ਇਹ 'ਚ ਪੰਜ ਚਾਰ ਗੱਲਾਂ ਆਪਾਂ ਮੁੱਖ ਯਾਦ ਰੱਖਣੀਆਂ ਹਨ। ਅੰਮ੍ਰਿਤਸਰ, ਗੁਰਦਾਸਪੁਰ ਤੇ ਲਾਹੌਰ 'ਚ ਬੋਲੀ ਜਾਂਦੀ ਹੈਗੀ ਹੈ, ਰਾਵੀ ਤੇ ਵਿਆਸ ਦੇ ਵਿਚਾਲੇ ਬੋਲੀ ਜਾਂਦੀ ਹੈ, ਹੜਾੜੇ ਅੱਖਰ ਦੀ ਸਭ ਤੋਂ ਵੱਧ ਇਸ 'ਚ ਵਰਤੋਂ ਕੀਤੀ ਜਾਂਦੀ ਹੈ, ਇਹ 'ਚ 10 ਸਵਰ ਤੇ 29 ਵਿਅੰਜਨ ਹੁੰਦੇ ਹਨ। ਇਹ ਸਾਹਿਤਕ ਬੋਲੀ ਹੈ ਸਾਡੀ, ਇਹ ਟਕਸਾਲੀ ਬੋਲੀ ਹੈ ਤੇ ਇਹ ਕੇਂਦਰੀ ਬੋਲੀ ਹੈ। ਇਹਦੇ ਵਿੱਚ ਇੱਕ ਛੋਟੀ ਚੀਜ਼ ਹੋਰ ਯਾਦ ਰੱਖਣਾ ਕਿ ਇਹਦੇ ਵਿੱਚ ਕਈ ਵਾਰ ਕੀ ਕੀਤਾ ਜਾਂਦਾ ਹੈਗਾ, ਕਿਸੇ ਵੀ ਅੱਖਰ ਦਾ ਬਹੁਵਚਨ ਬਣਾਉਣ ਖਾਤਰ ਬਿਹਾਰੀ ਦੀ ਵਰਤੋਂ ਕਰ ਦਿੱਤੀ ਜਾਂਦੀ ਹੈਗੀ ਹੈ। ਬੈਰਦਿਕਨ ਮਤਲਬ ਵੱਡੀ ਈ ਦੀ ਮਾਤਰਾ, ਬਿਹਾਰੀ ਦੀ ਵਰਤੋਂ ਕਰ ਦਿੱਤੀ ਜਾਂਦੀ ਹੈਗੀ ਹੈ। ਜਿਵੇਂ ਮੈਂ ਕਹਿ ਦਿਆਂ ਮੱਝ, ਤੇ ਇਹਦੇ ਜਦੋਂ ਮਾਝੀ ਦੇ ਵਿੱਚ ਬਹੁਵਚਨ ਬਣਾਉਂਦੇ ਆ ਤਾਂ ਬਣਾਉਂਦੇ ਆ ਮੱਝੀ। ਅੱਖ, ਅੱਖ ਤੋਂ ਬਣਾ ਲੈਂਦੇ ਆ ਅੱਖੀ, ਇਸ ਤਰੀਕੇ ਨਾਲ ਇਹ ਬਹੁਵਚਨ ਵੀ ਬਣਾ ਲੈਂਦੇ ਆ। ਇਹ ਜਿਹੜੀ ਵਿਸ਼ੇਸ਼ਤਾ ਹੈਗੀ ਹੈ ਇਹ ਸਿਰਫ ਮਾਝੀ ਦੇ ਵਿੱਚ ਹੈਗੀ ਹੈ। ਇਹ ਹੈ ਦੋਸਤੋ ਆਪਣੀ ਮਾਝੀ। ਅਗਲੀ ਆਪਾਂ ਪੜ੍ਹਦੇ ਹਾਂ ਦੂਜੀ ਜਿਹੜੀ ਬੋਲੀ ਹੈ ਆਪਣੀ, ਉਹ ਹੈਗੀ ਹੈ ਦੁਆਬੀ। ਕਿਹੜੀ? ਦੁਆਬੀ। ਦੁਆਬੀ ਸ਼ਬਦ ਹੈ ਦੂ ਪਲੱਸ ਆਬ ਤੋਂ ਬਣਿਆ ਹੈ। ਆਬ ਨਦੀਆਂ ਨੂੰ ਕਿਹਾ ਜਾਂਦਾ ਹੈਗਾ ਉਰਦੂ ਦੇ ਵਿੱਚ। ਉਵੇਂ ਪੰਜ ਪਲੱਸ ਆਬ ਪੰਜਾਬ ਬਣਿਆ, ਉਵੇਂ ਦੂ ਪਲੱਸ ਆਬ ਦੁਆਬ ਬਣਿਆ। ਤੇ ਦੁਆਬ ਹੁੰਦਾ ਹੈਗਾ ਦੋ ਨਦੀਆਂ ਦਾ ਵਿਚਕਾਰਲਾ ਖੇਤਰ। ਵੀ ਦੋ ਨਦੀਆਂ ਦਾ ਜਿਹੜਾ ਵਿਚਕਾਰਲਾ ਖੇਤਰ ਹੁੰਦਾ ਹੈ ਉਸਨੂੰ ਕੀ ਕਿਹਾ ਜਾਂਦਾ? ਦੁਆਬ ਕਿਹਾ ਜਾਂਦਾ ਹੈਗਾ। ਗੱਲ ਸਮਝ ਆ ਗਈ ਹੋਣੀ ਹੈ। ਜਿਵੇਂ ਕਿ ਮਾਝੀ ਹੈ ਰਾਵੀ ਤੇ ਵਿਆਸ ਦੇ ਵਿਚਾਲੇ ਹੈ, ਉਸੇ ਤਰੀਕੇ ਨਾਲ ਦੁਆਬੀ ਹੈ, ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਦੁਆਬੀ ਇਹ ਕਿਹਾ ਜਾਂਦਾ ਹੈ, ਤੇ ਜਿਹੜੀ ਉਹ ਭਾਸ਼ਾ ਬੋਲਦੇ ਉਹਨੂੰ ਦੁਆਬੀ ਕਿਹਾ ਜਾਂਦਾ ਹੈਗਾ। ਇਹਦਾ ਜਿਹੜਾ ਖੇਤਰ ਹੈ ਦੋਸਤੋ ਉਸੇ ਤਰੀਕੇ ਨਾਲ ਦੋ ਨਦੀਆਂ ਹੈ, ਪਹਿਲੀ ਹੈ ਬਿਆਸ ਤੇ ਦੂਜੀ ਹੈ ਸਤਲੁਜ। ਪਹਿਲੀ ਕਿਹੜੀ ਹੈ? ਬਿਆਸ ਤੇ ਦੂਜੀ ਹੈ ਸਤਲੁਜ। ਇਹਦਾ ਵਿਚਕਾਰਲਾ ਜਿਹੜਾ ਇਲਾਕਾ ਹੈਗਾ ਬਿਆਸ ਤੇ ਸਤਲੁਜ ਦੇ ਵਿਚਾਲੇ ਦਾ ਇਲਾਕਾ, ਉਹ ਸਾਰਾ ਸਾਰਾ ਦੁਆਬੀ ਦਾ ਇਲਾਕਾ ਹੈਗਾ, ਇਸ ਉਸੇ ਨੂੰ ਦੁਆਬ ਕਿਹਾ ਜਾਂਦਾ ਹੈਗਾ। ਇਹਦੇ ਜਿਹੜਾ ਖੇਤਰ ਹੈਗਾ ਮਤਲਬ ਜਿੱਥੇ ਬੋਲੀ ਜਾਂਦੀ ਹੈਗੀ ਹੈ ਉਹ ਹੈਗਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਬੰਗਾ, ਨਵਾਂ ਸ਼ਹਿਰ, ਨਕੋਦਰ, ਇਹਦੇ ਕੁਛ ਸ਼ਹਿਰ ਹੈਗੇ ਜਿੱਥੇ ਇਹ ਬੋਲੀ ਜਾਂਦੀ ਹੈਗੀ ਹੈ, ਕਹਿੰਦਾ ਮਤਲਬ ਇਹਦੇ ਵਿਚਾਰੇ ਆਉਣ ਵਾਲੇ ਸ਼ਹਿਰ। ਇਹਦੀ ਵਿਸ਼ੇਸ਼ਤਾ ਕੀ ਹੈ? ਇਹਦੀ ਵਿਸ਼ੇਸ਼ਤਾ ਇਹ ਹੈ ਕਿ ਜਿਹੜੇ ਹੀ ਆਪਾਂ ਸਾਹਿਕ ਕਿਰਿਆ ਸੀ ਵਰਤਦੇ ਹਾਂ, ਸਾਹਿਕ ਕਿਰਿਆ ਸੀ ਵਰਤਦੇ ਹਾਂ, ਜਿਵੇਂ ਇੱਕ ਵਾਰ ਇੱਕ ਰਾਜਾ ਸੀ, ਇਹ ਸੀ ਦੀ ਥਾਂ ਤੇ ਸੀਗਾ ਬੋਲਦੇ ਹੈਗੇ। ਇਹ ਕਹਿਣਗੇ ਇੱਕ ਵਾਰ ਇੱਕ ਰਾਜਾ ਸੀਗਾ,
आपां कहिंदे आ सी सीगा सीगा सीगे इस तरीके नाल सीगियां। दूजी विशेषता जिहड़ी है इहदे विच जिहड़ा वाहवा है इहनूं बब्बा बोलण दा रिवाज है। बब्बे नूं बब्बा आपां कहिंदे आ माझी दे विच जिहड़ी बोलीए कहिंदे आ वक्खी इह कहिंदे बक्खी। ਇਹੀ ਹੀ ਚੀਜ਼ ਮਲਵਈ ਦੇ ਵਿੱਚ ਵੀ ਆਉਂਦੀ ਹੈਗੀ ਹੈ। ਕਹਿਣ ਦਾ ਭਾਵ ਦੁਆਬੀ ਦੇ ਵਿੱਚ ਆਪਾਂ ਨੂੰ ਇਹ ਦੋ ਚੀਜ਼ਾਂ ਯਾਦ ਰੱਖਣੀਆਂ ਹੈਗੀਆਂ ਜਿਹੜੀਆਂ ਸਭ ਤੋਂ ਮਹੱਤਵਪੂਰਨ ਹੈ ਵੀ ਇੱਕ ਤਾਂ ਵਿਆਸ ਤੇ ਸਤਲੁਜ ਵਿਚਾਲੇ ਬੋਲੀ ਜਾਂਦੀ ਹੈ, ਜਲੰਧਰ ਕਪੂਰਥਲਾ ਹੁਸ਼ਿਆਰਪੁਰ ਬੰਗਾ ਨਵਾਂਸ਼ਹਿਰ ਨਕੋਦਰੇ ਦੇ ਖੇਤਰ ਹਨ ਤੇ ਆ ਇਹਦੇ ਚ ਇੱਕ ਗੁਣ ਹੈਗਾ ਇਹਦਾ। ਅਗਲੀ ਜਿਹੜੀ ਤੀਜੀ ਹੈ ਦੋਸਤੋ, ਤੀਜੀ ਜਿਹੜੀ ਹੈਗੀ ਹੈ ਉਹ ਹੈਗੀ ਹੈ ਮਲਵਈ। ਕਿਹੜੀ? ਮਲਵਈ। ਮਲਵਈ ਮਲਵਈ ਉਸੇ ਤਰੀਕੇ ਨਾਲ ਫਿਰਦੇ ਨੇ ਆਪਾਂ। ਨਦੀ ਆਉਂਦੀ ਹੈ ਬਿਆਸ, ਉਸ ਤੋਂ ਬਾਅਦ ਸਤਲੁਜ, ਸਤਲੁਜ ਆ ਕੇ ਪੱਛਮ ਦੇ ਵਿੱਚ ਮਿਲਦੀ ਹੈਗੀ ਹੈ ਬਿਆਸ ਨਾਲ। ਅੱਗੇ ਦੋਵੇਂ ਨਦੀਆਂ ਮਿਲ ਕੇ ਜਾ ਕੇ ਸਿੰਧੂ ਨਦੀ ਤੰਤਰ ਦੇ ਵਿੱਚ ਮਿਲ ਜਾਂਦੀਆਂ ਹੈਗੀਆਂ। ਇਹ ਹੈਗੀ ਹੈ ਸਤਲੁਜ। ਇਹਨਾਂ ਦੋਵਾਂ ਦਾ ਜਿਹੜਾ ਆਹ ਮਿਲਵਾਂ ਭੁਖੰਡ ਹੈ, ਇਹਨਾਂ ਦੋਵਾਂ ਦਾ ਜਿਹੜਾ ਆਹ ਮਿਲਵਾਂ ਭੁਖੰਡ ਹੈ, ਆਹ ਇਹ ਸਾਰਾ ਦਾ ਸਾਰਾ ਮਲਵਈ ਦਾ ਖੇਤਰ ਹੈਗਾ। ਕਿੰਨਾ? ਦੋਵਾਂ ਦਾ, ਬਿਆਸ ਤੇ ਸਤਲੁਜ ਦਾ। ਆਪਾਂ ਕੀ ਕਹਿਣਾ ਹੈ ਵੀ ਜਿਹੜਾ ਬਿਆਸ ਤੇ ਸਤਲੁਜ ਦਾ ਮਿਲਵਾਂ ਭੁਖੰਡ, ਇਹ ਖੇਤਰ ਜਿਹੜਾ ਕਿਹਦਾ ਹੈਗਾ? ਮਲਵਈ ਦਾ। ਹੁਣ ਇਹਦੇ ਚ ਥਾਵਾਂ ਕਿਹੜੀਆਂ ਕਿਹੜੀਆਂ, ਕਿੱਥੇ ਕਿੱਥੇ ਬੋਲੀ ਜਾਂਦੀ ਹੈਗੀ ਹੈ? ਇਹ ਦੋਸਤੋ ਬੋਲੀ ਜਾਂਦੀ ਹੈ ਲੁਧਿਆਣਾ, ਫਰੀਦਕੋਟ, ਫਿਰੋਜ਼ਪੁਰ, ਬਠਿੰਡਾ, ਮਲੋਟ, ਅਬੋਹਰ, ਸ਼੍ਰੀ ਗੰਗਾਨਗਰ, ਹਨੂਮਾਨਗੜ੍ਹ, ਆਏ ਦੇ ਕੁਛ ਖੇਤਰ ਹਨ ਜਿੱਥੇ ਬੋਲੀ ਜਾਂਦੀ ਹੈਗੀ ਹੈ। ਕਿਹੜੀ? ਮਲਵਈ। ਇਹਦੀਆਂ ਇੱਕ ਦੋ ਵਿਸ਼ੇਸ਼ਤਾਵਾਂ ਹਨ। ਪਹਿਲੀ ਇਹਦੀ ਜੋ ਸਭ ਤੋਂ ਜਿਹੜੀ ਇੰਪੋਰਟੈਂਟ ਵਿਸ਼ੇਸ਼ਤਾ ਹੈਗੀ ਉਹ ਇਹ ਹੈਗੀ ਹੈ ਕਿ ਇਹ ਇਸ ਵਿੱਚ ਸਭ ਤੋਂ ਵੱਧ ਨਾਸਕੀ ਧੁਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਨਾਸਕੀ ਧੁਨੀਆਂ ਦੀ ਵਰਤੋਂ, ਸਭ ਤੋਂ ਵੱਧ ਨਾਸਕੀ ਧੁਨੀਆਂ, ਨਾਸਕੀ ਧੁਨੀ ਜਿਹੜੀ ਆਪਾਂ ਪੜ੍ਹਦੇ ਹੈਗੇ, ਅੱਗੇ ਵੀ ਪੜ੍ਹਾਂਗੇ ਆਪਾਂ, ਠੀਕ ਹੈ ਨਾ? ਜਿਹਨਾਂ ਦੀ ਸੰਖਿਆ ਕਿੰਨੀ ਹੁੰਦੀ ਹੈ? ਪੰਜ। ਕਿਹੜੀਆਂ? ਨੱਕ ਰਹੀ ਬੋਲੀਆਂ ਜਾਂਦੀਆਂ ਹਨ। ਸਭ ਤੋਂ ਵੱਧ ਨਾਸਕੀ ਧੁਨੀਆਂ ਦੀ ਵਰਤੋਂ ਹੁੰਦੀ ਹੈ। ਇੱਕ ਨਿੱਜੀ ਪੜਨਾਵਾਂ ਦੀ ਵਰਤੋਂ, ਨਿੱਜੀ ਪੜਨਾਵਾਂ ਦੀ ਵਰਤੋਂ ਸਿਰਫ ਮਲਵਈ ਚ ਹੁੰਦੀ ਹੈਗੀ। ਕਿਹੜੀ ਚ? ਮਲਵਈ ਦੇ ਵਿੱਚ। ਨਿੱਜੀ ਪੜਨਾਵ ਕਿਹੜੇ ਹੁੰਦੇ ਹੈਗੇ? ਜਿਵੇਂ ਉਹ ਸ਼ਬਦ ਜਿਹੜੇ ਨਿੱਜੀ ਬਣਾ ਰੱਖੇ, ਮੈਥੋਂ, ਤੈਥੋਂ, ਇਹ ਸ਼ਬਦ ਮਲਵਈ ਦੇ ਵਿੱਚ ਹੀ ਮਿਲਦੇ ਹੈਗੇ। ਇਸੇ ਹੀ ਬੋਲੀ ਦੇ ਵਿੱਚ ਉਹੀ ਹੀ ਚੀਜ਼ ਜੋ ਆਪਾਂ ਵਿੱਚ ਦੁਆਬੀ ਚ ਪੜ੍ਹੀਏ ਕਿ ਵੱਵਾ ਇਹ ਚ ਕੀ ਹੋ ਜਾਂਦਾ ਹੈਗਾ? ਬੱਬਾ। ਵਾਰ, ਅੱਜ ਕੀ ਵਾਰ ਹੈ, ਉਹ ਬੋਲਣਗੇ ਅੱਜ ਕੀ ਵਾਰ ਹੈ। ਇਸ ਤਰੀਕੇ ਨਾਲ ਬੱਬੇ ਤੋਂ ਬੱਬੇ ਦੀ ਜਿਹੜੀ ਇਹ ਪ੍ਰਵਰਤੀ ਹੈਗੀ ਹੈ ਇਹ ਵੀ ਕਿਹਦੇ ਚ ਹੈਗੀ ਹੈ? ਮਲਵਈ ਦੇ ਵਿੱਚ ਹੈਗੀ ਹੈ। ਉਸ ਤੋਂ ਬਾਅਦ ਚੌਥੀ ਆਪਾਂ ਪੜ੍ਹਦੇ ਹਾਂ, ਚੌਥੀ ਜੋ ਹੈ ਉਹ ਹੈਗੀ ਹੈ ਦੋਸਤੋ ਪੁਆਧੀ। ਕਿਹੜੀ? ਪੁਆਧੀ। ਪੁਆਧੀ ਜਿਹੜੀ ਬੋਲੀ ਹੈਗੀ ਹੈ
इहदा अर्थ हुंदा है पौधी शब्द का पूर्व दा अध, भी पूर्व दा अध इस शब्द का अर्थ है पौध, पौध तो ही शब्द बने पौधी। हम पूर्व दा अध कहने का भाव कि जो आप नक्शा देखते हैं तो नक्शे दे की देखते हैं कि आह जी थां है पूर्व है, यह पूर्व है, लेकिन पंजाब की जी स्थिति आती है वह इतने आती है ठीक है, इतने आने के कारण आ जो थान जो है यह की हो जाता है पूर्व का अद्ध हो जाता है, मतलब अद्धा हिस्सा, ये खाते पूर्व का अद्ध कह जाता है। हम इतने जी भाषा बोली बोली जाती है ये एक त्रिकुंटी जो थां हो जाता है, भी तीन कोण जो हो जाते हैं, तीन कोण कहने का भाव कि एक पास्यो तो राजस्थान का बॉर्डर आ जाता है, एक पास्यो हरियाणे का बॉर्डर आ जाता है, एक पास्यो राजस्थान का बॉर्डर, एक पास हरियाणा का बॉर्डर, एक पास रह गया सॉरी उल्टा लेता है, इधर पंजाब का बॉर्डर है, इधर हरियाणे का है, तो इतने राजस्थान का बॉर्डर है, भी तीन स्टेटा का बॉर्डर आने जो थां है जोड़ा इन्हों का जो मिलवा भूखंड है आही जो इलाका है यह पुआध का है, भी कहने का भाव कुछ इलाका तो हरियाणे का है, कुछ राजस्थान का, कुछ पंजाब का। हुण इलाके जिहड़े किहड़े है इत्थे भी कित्थे कित्थे बोली जांदी है, यह बोली जांदी है एक तां जींद, एक नाभा, जींद नाभा रोपड़, उस तो अलावा अंबाला, उस तो अलावा पटियाला दा पूर्वी हिस्सा, केड़ा हिस्सा, पूर्वी हिस्सा, पटियाले का पूर्वी हिस्सा, पछमी हिस्सा जो मलवई च आ जाता है। इन्हें जो नदियां की गल की जाए कि नदियों के विचाले हैं तो यह दोस्तों सतलुज अते गगर, सतलुज अते गगर यह जो नदियां है यदा विचारला खेत्र है जी, सतलुज ते गगर। माझी का आप पढ़िया रावी ते ब्यास, उस तो बाद आप जो दुआबी पढ़ी ब्यास ते सतलुज, उस तो बाद जो मलवई पढ़ी तो मलवई च आप देखिया कि ब्यास ते सतलुज का जोड़ा मिलवा भूखंड है, तो ये चीज आती है सतलुज से जोड़ा गगर उन्होंने जो विचारला जोड़ा इलाका है वह की है पुआध का हिस्सा, पुआधी का हिस्सा। हूँ इन विशेषतावान की है, पहली विशेषता तो यह हैगी है कि इतों के जोड़े लोग है पंजाबी बोलते हैं तो तुम्हें ऐ लगेगा कि पंजाबी नहीं हरियाणवी बोली जाते है, ये जिमें आप कहने सानू कहे हमानू, आप कहने तुहाडा यह कहे तुमानू, आप कह दें नाल नाल तुरलो ये कहे गेल गेल, मतलब इस तरीके आप देखते हैं कि ये जो ज्यादातर शब्द जोड़े है वह हरियाणी हमे तमे ये जो शब्द है वह भी ये पाए जाते हैं, ये जो याद रखने वाली गल है दो ही गल्ला याद रखने वाली जड़िया भी एक तो सतलुज से गगर के विचारे बोली जाती हैगी है, दूजी जो इलाके कि है जींद है नाभा है रोपड़ है अंबाला है पटियाला है पूर्वी का हिस्सा है, एक चीज और चीज याद रखने वाली है कि ये बांदरू भाषा का रला है, मतलब कि जड़ी हरियाणवी राजस्थानी मिलके दोनों बांगरू एक टाइप बनती हैगी है, रला भी कि पाया जाता है पौधी पाया जाता है। तो मित्रों ये है पंजाबी दियां बोलियां, उस तो अगे भाषा का दूजा टॉपिक लेके फिर हाजिर होवांगे, धन्यवाद, जय हिंद जय भारत।